ਲਓ ਜੀ, ਸਕੂਲੋਂ ਆ ਗਏ ਆਪਾਂ ਤੇ ਹੁਣ ਚੱਲਦੇ ਆ ਕਿਚਨ ਚ। ਬੀਬੀ ਪਾਠ ਕਰਦੀ ਹੈ ਤੇ ਉਸ ਚਲੀ ਗਈ ਸੰਦੀਪ ਅੱਜ, ਕਿਉਂਕਿ ਉਹਦੇ ਮਦਰ ਦੀ ਡੈਥ ਹੋ ਗਈ ਸੀ ਨਾ, ਤੇ ਉਹਦਾ ਕੱਲ ਨੂੰ ਭੋਗ ਆ ਉਹਦੀ ਮਦਰ ਦਾ, ਤੇ ਫਿਰ ਉਹ ਅੱਜ ਵਿਚਾਰੀ ਫਿਰ ਜਲਦੀ ਚਲੀ ਗਈ। ਉਹ ਤਾਂ ਕਹਿੰਦੀ ਸੀ, ਕਹਿੰਦੀ ਦੀਦੀ ਮੈਂ ਤਾਂ ਕੱਲ ਨੂੰ ਵੀ ਆ ਜਾਊਂਗੀ, ਮੈਂ ਸਵੇਰੇ ਆ ਜਾਊਂਗੀ ਤੇ ਕੰਮ ਕਰਕੇ ਚਲੀ ਜਾਊਂਗੀ, ਭੋਗ ਤਾਂ ਵੀ ਲੇਟ ਹੈ। ਮੈਂ ਕਿਹਾ ਨਾ ਸੰਦੀਪ, ਐ ਨੀ ਹੁੰਦਾ ਵੀ ਤੂੰ ਆਉਣਾ ਨੀ ਹੈਗਾ ਕੱਲ ਨੂੰ, ਹਨਾ ਵੀ ਤੇਰੀ ਮਦਰ ਦੀ ਡੈਥ ਹੋਈ ਹੈ, ਤੂੰ ਐ ਥੋੜੀ ਹੈ ਵੀ ਕਿਤੇ ਬਗਾਨੇ ਥਾਂ ਜਾਣਾ ਹੈ, ਵੀ ਤੂੰ ਆਉਣਾ ਨੀ ਹੈਗਾ ਕੱਲ ਨੂੰ, ਤੂੰ ਛੁੱਟੀ ਤੇ ਰਹੀ ਕੱਲ ਨੂੰ। ਤੇ ਫਿਰ ਅੱਜ ਵੀ ਉਹਨੂੰ ਕਹਿਤਾ ਸੀਗਾ ਵੀ ਤੂੰ ਚਲੀ ਜਾ, ਫਿਰ ਉਹ ਅੱਜ 2 ਵਜੇ ਚਲੀ ਗਈ ਸੀਗੀ, ਤੇ ਬਸ ਕੱਲ ਨੂੰ ਫਿਰ ਭੋਗ ਹੈ। ਬਸ ਫਿਰ ਵਿਚਾਰਿਆਂ ਨੇ ਕੰਮ ਤਾਂ ਕਰਨਾ ਹੀ ਹੁੰਦਾ, ਕੰਮ ਕਰੇ ਬਿਨਾਂ ਦੇਖੋ ਕਿਸੇ ਦਾ ਸਰਦਾ ਨੀ ਹੈਗਾ, ਹਨਾ ਬੰਦਾ ਕੰਮ ਕਰੂਗਾ ਤਾਂ ਖਾਊਗਾ। ਤੇ ਸੋ ਇਸ ਲਈ ਵਿਚਾਰੀ 2 ਦਿਨ ਨਹੀਂ ਸੀ ਆਈ, ਇੱਕ ਦਿਨ ਸੰਸਕਾਰ, ਇੱਕ ਦਿਨ ਫੁੱਲਾਂ ਤੇ ਅਗਲੇ ਦਿਨ ਫਿਰ ਆ ਗਈ ਸੀ ਕੱਲ, ਤੇ ਅੱਜ ਫਿਰ ਆ ਗਈ ਸੀ, ਤੇ ਉਹ ਕੱਲ ਨੂੰ ਵੀ ਆਉਣ ਲਈ ਤਿਆਰ ਸੀ ਭੋਗ ਤੇ ਵੀ, ਉਹ ਤਾਂ ਮੈਂ ਹੀ ਮਨਾ ਕੀਤਾ ਵੀ ਨਹੀਂ ਆਉਣਾ ਨੀ ਤੂੰ, ਤੇ ਅੱਜ ਵੀ ਫਿਰ ਉਹਨੂੰ ਅਸੀਂ ਛੇਤੀ ਭੇਜਤਾ ਸੀਗਾ 2 ਵਜੇ ਵੀ ਤੂੰ ਚਲੀ ਜਾ, ਹਨਾ ਨਾ ਉਹਦੇ ਬੱਚੇ ਲੈ ਕੇ ਉਹਨੇ ਆਪਦੇ ਪਿੰਡ ਜਾਣਾ। ਤੇ ਦੇਖੋ ਜੀ, ਜਾਣ ਵਾਲੇ ਚਲੇ ਜਾਂਦੇ ਆ ਤੇ ਪਿਛਲਿਆਂ ਨੂੰ ਸਾਰਾ ਕੁਝ ਕਰਨਾ ਹੀ ਪੈਂਦਾ, ਤੇ ਵਿਚਾਰੀ ਕਰ ਰਹੀ ਆ, ਬਾਕੀ ਸਰਦਾ ਨਹੀਂ ਹੈਗਾ ਕੰਮ ਕਰੇ ਬਿਨਾਂ, ਹਨਾ ਬੰਦੇ ਨੂੰ ਤੇ ਫਿਰ ਕਰਨਾ ਹੀ ਪੈਂਦਾ। ਜਿਹੜੇ ਚਲੇ ਜਾਂਦੇ ਆ ਉਹ ਸਾਰਾ ਕੁਝ ਛੱਡ ਜਾਂਦੇ ਆ, ਤੇ ਪਿਛਲਿਆਂ ਨੂੰ ਤਾਂ ਸਭ ਕੁਝ ਹੀ ਕਰਨਾ ਪੈਂਦਾ। ਤੇ ਹੁਣ ਮੈਂ ਬਣਾਉਣ ਲੱਗੀ ਸੀ ਚਾਹ, ਮੈਂ ਕਿਹਾ ਚੱਲ ਬੀਬੀ ਪਾਠ ਕਰਦੀ ਆ, ਤੇ ਇੱਕ ਆਪਣਾ ਸਵੇਰੇ ਤਾਂ ਡਿੱਗਿਆ ਪਿਆ ਸੀ, ਹਨਾ ਬੜਾ ਹੀ ਮਨ ਖਰਾਬ ਹੋਇਆ ਤਾਂ ਉਹਨੂੰ ਦੇਖ ਕੇ। ਤੇ ਫਿਰ ਜਦੋਂ ਮੈਂ ਜਾ ਰਹੀ ਸੀ ਸਕੂਲ, ਤੇ ਆਪਣੀ ਨਾ ਕਲੋਨੀ ਦੇ ਵਿੱਚ ਕਿਸੇ ਦੇ ਉਹੀ ਮਾਲੀ ਆਪਣੇ ਵਾਲਾ ਹੀ ਜ਼ਿਆਦਾ ਕੰਮ ਕਰਦਾ ਕਲੋਨੀ 'ਚ, ਤੇ ਉਹ ਲੱਗਿਆ ਹੋਇਆ ਸੀ। ਫਿਰ ਮੈਂ ਗੱਡੀ ਰੋਕ ਕੇ ਉਹਨੂੰ ਕਿਹਾ ਵੀ ਮਾਲੀ ਆਪਣਾ ਬਹੁਤ ਵੱਡਾ ਬੂਟਾ ਜਿਹੜਾ ਉਹ ਡਿੱਗ ਪਿਆ, ਪਲੀਜ਼ ਉਹਨੂੰ ਦੇਖੀ। ਤੇ ਉਹ ਕਹਿੰਦਾ ਠੀਕ ਹੈ ਜੀ। ਉਹ ਇੱਕ ਵਾਰੀ ਉਹਨੂੰ ਲਾ ਗਿਆ, ਗੱਡ ਗਿਆ ਉਹਦੇ ਵਿੱਚ, ਪਰ ਮੈਂ ਹਜੇ ਦੇਖਿਆ ਨਹੀਂ, ਮੈਨੂੰ ਬੀਬੀ ਨੇ ਦੱਸਿਆ, ਕਹਿੰਦੀ ਉਹ ਇੱਕ ਵਾਰੀ ਤਾਂ ਮਿੱਟੀ ਦੇ ਵਿੱਚ ਗੱਡ ਗਿਆ, ਉਹਨੂੰ ਦੇਖਦੇ ਆ ਕੀ ਬਣਦਾ। ਬਸ ਹੁਣ ਮੈਂ ਚਾਹ ਧਰ ਲਾਂ, ਚਾਹ ਧਰ ਕੇ ਫਿਰ ਮੈਂ ਵੀ ਦੇਖਦੀ ਹਾਂ ਤੇ ਤੁਹਾਨੂੰ ਵੀ ਦਿਖਾ ਕੇ ਲਿਆਉਣੀ ਆ ਕਿ ਆਪਣੇ ਬੂਟੇ ਦਾ ਕੀ ਹਾਲ ਹੈ ਨਾ। ਲੋ ਮੇਰੀਆਂ ਭੈਣਾਂ ਮੈਨੂੰ ਟੋਕਦੀਆਂ ਰਹੀਆਂ ਕਿ ਤੁਸੀਂ ਪਿੱਤਲ ਦੇ ਪਤੀਲੇ ਚ ਚਾਹ ਬਣਾਇਆ ਕਰੋ। ਸੋ ਆਪਾਂ ਹੁਣ ਪਿੱਤਲ ਦੇ ਪਤੀਲੇ ਸ਼ੁਰੂ ਕਰਦੇ ਆ ਚਾਹ ਬਣਾਉਣੀ, ਪਿੱਤਲ ਦੇ ਪਤੀਲੇ ਚ। ਕੋਈ ਇਹਨੂੰ ਕੁਛ ਕਹਿ ਦਿੰਦਾ ਜੀ, ਕੋਈ ਕੁਛ ਕਹਿ ਦਿੰਦਾ, ਕੋਈ ਇਹਨੂੰ ਤੁਸਕ ਕਹਿੰਦਾ ਹੈ ਨਾ, ਤੇ ਮੈਨੂੰ ਤਾਂ ਮਨਾ ਪਤੀਲਾ ਕਹਿਣ ਦੀ ਆਦਤ ਹੈ ਜ਼ਿਆਦਾ, ਚਾਹੇ ਛੋਟਾ ਚਾਹੇ ਵੱਡਾ, ਮੈਂ ਉਹਨੂੰ ਪਤੀਲਾ ਹੀ ਕਹਿੰਦੀ ਹਾਂ। ਸੋ ਮੇਰੇ ਲਈ ਇਹ ਵੀ ਪਤੀਲਾ ਹੀ ਆ, ਤੁਸੀਂ ਦੱਸਿਓ ਤੁਸੀਂ ਕੀ ਕਹਿੰਦੇ ਹੋ। ਹੁਣ ਤਾਂ ਜੀ ਐਂ ਲੱਗਣ ਲੱਗ ਗਿਆ ਜਿਵੇਂ ਸ਼ਾਮ ਦੀ ਪੈ ਜਾਂਦੀ ਆ ਸਕੂਲ 'ਚ ਹੀ, ਤੇ ਅੱਜ ਆਪਾਂ ਡਾਕਟਰ ਦੇ ਵੀ ਜਾਣਾ ਹੈਗਾ, ਦੰਦਾਂ ਵਾਲੇ ਡਾਕਟਰ ਦੇ। ਉਹ ਕਹਿੰਦੇ ਤੁਹਾਡੇ ਦੰਦ ਆ ਜਿਹੜੇ ਉਹ ਬਣ ਕੇ ਆ ਗਏ ਨੇ, ਤੇ ਦੁਪੱਟੇ ਵੀ ਫੜ ਕੇ ਲਿਆਉਣੇ ਆ। ਦੰਦਾਂ ਵਾਲੇ ਡਾਕਟਰ ਦਾ ਵੀ ਟਾਈਮ 5:30 ਦਾ ਹੈ, ਤੇ ਮੈਂ ਸੋਚਦੀ ਹਾਂ ਵੀ 5 ਕੁ ਵਜੇ ਚਲੀ ਜਾਵਾਂ, ਤੇ ਉਧਰੋਂ ਦੁਪੱਟੇ ਫੜ ਕੇ, ਪਹਿਲਾਂ ਦੁਪੱਟੇ ਅੱਗੇ ਤੋਂ ਫੜ ਕੇ ਲੈ ਕੇ ਆਉਣੇ ਆ, ਰਸਤੇ 'ਚ ਆਉਂਦੇ ਆਉਂਦੇ ਨੂੰ ਡਾਕਟਰ ਦਾ ਹੀ ਕਲੀਨਿਕ ਹੈਗਾ, ਪਹਿਲਾਂ ਦੁਪੱਟੇ ਫੜ ਕੇ ਫਿਰ ਮੈਂ ਆਉਂਦੀ ਆਉਂਦੀ ਫਿਰ ਆਉਂਗੀ ਰਸਤੇ 'ਚ। ਦੇਖਦੀ ਆ ਕਿਸ ਤਰ੍ਹਾਂ ਰਹਿੰਦੇ ਨੇ ਆਪਣੇ ਦੰਦ। ਵੈਸੇ ਮੈਂ ਛੇਤੀ ਹੈਬਚੁਅਲ ਹੋ ਜਾਂਦੀ ਹੁੰਦੀ ਆ, ਜਿਵੇਂ ਹੁਣ ਆਹ ਦੰਦ ਸੀਗੇ ਮੇਰੇ ਦੁਬਾਰਾ ਬਿਲਕੁਲ ਉਹਨਾਂ ਨੇ ਲਾਤੇ ਸੀ ਇੱਕ ਵਾਰੀ, ਨਾਲ ਦੀ ਨਾਲ ਹੀ 1-2 ਦਿਨ ਤਾਂ ਮੈਨੂੰ ਲੱਗਿਆ ਵੀ ਜਿਵੇਂ ਟਾਈਟ ਟਾਈਟ ਜਾ, ਹਨਾ, ਪਰ ਹੁਣ ਉਹ ਮੈਨੂੰ ਬਿਲਕੁਲ ਹੀ ਲੱਗਣੋਂ ਹਟ ਗਿਆ ਸੀ। ਮੈਨੂੰ ਤਾਂ ਹੀ ਲੱਗਦਾ ਸੀਗਾ ਜਿਵੇਂ ਮੇਰੇ ਆਪਣੇ ਹੀ ਦੰਦ ਨੇ, ਤੇ ਲਵਾਉਣੀ ਅੱਜ ਫਿਰ। ਚਲੋ ਆਪਾਂ ਹੁਣ ਜਿੰਨੀ ਦੇਰ ਚਾਹ ਬਣਦੀ ਹੈ ਮੈਂ ਸਿਮ ਤੇ ਕਰਦੀ ਹਾਂ, ਜਿੰਨੀ ਦੇਰ ਚਾਹ ਬਣਦੀ ਹੈ ਆਪਾਂ ਆਪਣੇ ਬੂਟੇ ਦਾ ਹਾਲ ਚਾਲ ਪੁੱਛਦੇ ਹਾਂ। ਆ ਦੇਖ ਲੋ, ਕੰਮ ਨਾ ਕਿਸੇ ਨੂੰ ਕਹਿ ਦੋ ਤੁਸੀਂ। ਹੁਣ ਮਾਲੀ ਨੂੰ ਆ ਦਿਖਦੀ ਨਹੀਂ ਸੀਗੀ, ਹੁਣ ਹੱਟ ਦੇ ਅੰਦਰ ਆਈ ਪਈ ਆ ਵੇਲ। ਹੁਣ ਮੇਰੇ ਕਹਿਣ ਤੇ ਇੱਕ ਵਾਰੀ ਉਹ ਬੂਟਾ ਤਾਂ ਖੜਾ ਕਰ ਗਿਆ ਇਹ, ਤੇ ਹੁਣ ਆ ਵੇਲ ਹੀ ਉਹਨੂੰ ਪਤਾ ਲੱਗੀ ਵੀ ਵੇਲ ਕਿਵੇਂ ਅੰਦਰ ਡਿੱਗੀ ਪਈ ਆ, ਵੀ ਇਹਨੂੰ ਵੀ ਮੈਂ ਕਰਕੇ ਜਾਣਾ। ਕਾਲੀਆਂ ਬਸ ਮਾਲੀ ਨੂੰ ਉਦੋਂ, ਮਾਲੀ ਵੀ ਨਾ ਜੀ ਸਾਡਾ ਉਹ ਬੂਟਿਆਂ ਨਾਲ ਪਿਆਰ ਨਹੀਂ ਕਰਦਾ। ਦੇਖੋ ਇਸ ਤਰ੍ਹਾਂ ਉਹ ਗੱਡ ਗਿਆ, ਮੈਨੂੰ ਲੱਗਦਾ ਤਾਂ ਆਈ ਆ ਵੀ ਉੱਚਾ ਜਿਹਾ ਹੀ ਗੱਡ ਗਿਆ ਹੁੰਦਾ, ਜਿਵੇਂ ਕੋਈ ਚੰਗੀ ਤਰ੍ਹਾਂ ਗੱਡਿਆ ਨਹੀਂ ਲੱਗਦਾ। ਤੇ ਬੀਬੀ ਵੀ ਕਹਿੰਦੀ ਸੀ, ਕਹਿੰਦੀ ਮੈਂ ਤਾਂ ਹਜੇ ਅੰਦਰ ਆਈ, ਜਦੋਂ ਮੈਂ ਬਾਹਰ ਗਈ ਦੇਖਣ ਤੇ ਉਦੋਂ ਉਹ ਤੁਰ ਵੀ ਗਿਆ ਗੱਡ ਕੇ। ਮੈਨੂੰ ਤਾਂ ਐਂ ਲੱਗਦਾ ਜਿਵੇਂ ਪੁੱਲ ਆ ਜਾਊਂ, ਮਿੱਟੀ ਜੀ ਚ ਖੜਾ ਕਰ ਗਿਆ ਤੇ ਮਾੜੀ ਜੀ ਹਵਾ ਉੱਤੇ ਨੇ ਫੇਰ ਡਿੱਗ ਪੈਣਾ। ਹੁਣ ਉਹ ਦੇਖੋ ਤੁਸੀਂ, ਵੇਲ ਜਿਹੜੀ ਵਿੱਚ ਡਿੱਗੀ ਪਈ ਆ ਹੁਣ ਨੀਚੇ, ਤੇ ਲੈ ਬੰਨ ਕੇ ਨਹੀਂ ਗਿਆ ਵੀ, ਹੁਣ ਪਤਾ ਹੀ ਆ ਵੀ ਤੂੰ ਹੀ ਕੰਮ ਕਰਨਾ ਇਹ।
ਮਾਲੀ ਨਾ ਜਿਹੜੇ ਬੂਟਿਆਂ ਨਾਲ ਜੇ ਉਹ ਪਿਆਰ ਨਹੀਂ ਨਾ ਕਰਦੇ ਤਾਂ ਬੂਟੇ ਚੰਗੀ ਤਰ੍ਹਾਂ ਹੋ ਨਹੀਂ ਸਕਦੇ। ਆਹ ਦੇਖੋ ਜੀ ਆਪਣੇ ਤਾਂ ਨਾ ਕਿੰਨੂ ਖਰਾਬ ਹੋਣ ਲੱਗ ਗਏ, ਨਾ ਤਾਂ ਸਾਡੇ ਮਾਲੀ ਨੂੰ ਕੋਈ ਸਮਝ ਆਉਂਦੀ ਹੈ। ਆਹ ਦੇਖੋ ਲੈ ਸੜ ਗਿਆ, ਨਜ਼ਰ ਹੀ ਲੱਗ ਗਈ ਇਹਨੂੰ ਤਾਂ। ਇਹ ਬਾਲਾ ਸੋਹਣਾ ਸੀਗਾ ਬੂਟਾ ਕਿੰਨੂਆਂ ਦਾ, ਤੇ ਤਾਂ ਖਰਾਬ ਹੋ ਗਿਆ ਹੁਣ। ਆਹ ਦੇਖੋ ਇਹ ਸਿੱਟਣ ਨਾਲ, ਤੇ ਜੇ ਤਾਂ ਹੀ ਤਾਂ ਉਹ ਜਲਦੀ ਜਿਹੜੇ ਪੀਲੇ ਹੋ ਰਹੇ ਨੇ ਫਿਰ ਉਹ ਖਰਾਬ ਹੁੰਦੇ ਨੇ। ਤੇ ਮੈਨੂੰ ਤਾਂ ਇੰਨੀ ਖੁਸ਼ੀ ਸੀਗੀ ਕਿ ਇੰਨੇ ਸਾਰੇ ਕਿੰਨੂ ਲੱਗੇ ਹੋਏ ਨੇ। ਆਹ ਦੇਖੋ ਇੱਕ ਆਹ ਵੀ ਖਰਾਬ ਹੋ ਗਿਆ, ਮੈਨੂੰ ਲੱਗਦਾ ਇਹ ਸਾਰੇ ਕਿਤੇ ਆਈ ਨਾ ਜਾਣ। ਜੇ ਕਿਸੇ ਨੂੰ ਪਤਾ ਹੈ ਇਹਨਾਂ ਬਾਰੇ ਤਾਂ ਤੁਸੀਂ ਪਲੀਜ਼ ਮੈਨੂੰ ਜ਼ਰੂਰ ਦੱਸਿਓ ਵੀ ਇਹਦਾ ਆਪਾਂ ਕੀ ਇਲਾਜ ਕਰੀਏ, ਕਿਉਂਕਿ ਇਸ ਹਿਸਾਬ ਨਾਲ ਤਾਂ ਮੈਨੂੰ ਲੱਗਦਾ ਇਹ ਸਾਰੇ ਖਰਾਬ ਹੋ ਜਾਣਗੇ, ਕਿਉਂਕਿ ਜਲਦੀ ਹੋਣ ਲੱਗ ਗਏ ਨਾ ਜੀ ਪੀਲੇ ਇਹ। ਆਹ ਦੇਖੋ ਹੁਣ ਆਹ ਵੀ ਖਰਾਬ ਹੋ ਰਿਹਾ, ਲਓ ਆਹ ਦੇਖੋ ਇਹ ਵੀ ਕੱਢਣਾ ਹੀ ਪੈਣਾ ਆਪਾਂ ਨੂੰ, ਤੇ ਕਿੰਨੂ ਹੀ ਖਰਾਬ ਹੋ ਜਾਣਗੇ। ਮੈਂ ਤਾਂ ਮਸਾਂ ਇੱਥੇ ਤੱਕ ਲੈ ਕੇ ਆਈ ਸੀ, ਤੇ ਉਹ ਬੂਟਾ ਵੀ ਨਾ ਜੀ ਅਸੀਂ ਮਸਾਂ ਪਾਲਿਆ ਸੀਗਾ ਜਵਾਕਾਂ ਵਾਂਗੂ, ਬੜੇ ਔਖੇ ਪਾਲੇ ਸੀ ਇਹ, ਤੇ ਪਤਾ ਨੀ ਹੁਣ ਇਹ ਵਿਚਾਰਾ ਹੋਊਗਾ ਜਾਂ ਨਹੀਂ ਹੋਊਗਾ। ਅੰਬ ਵੀ ਕੇਰਾਂ ਤਾਂ ਗਰਮੀ ਕਰਕੇ ਮੇਰੇ ਖਿਆਲ ਸੜਿਆ ਹੋਇਆ ਹੈ, ਤਾਂ ਚਲੋ ਨਵੀਆਂ ਡਾਹਣੀਆਂ ਕੱਢ ਰਿਹਾ। ਆਹ ਦੇਖੋ ਸਾਰੀਆਂ ਨਵੀਆਂ ਡਾਹਣੀਆਂ ਕੱਢ ਰਿਹਾ ਉਧਰਲੀਆਂ ਵੀ, ਬਾਕੀ ਤਾਂ ਸਾਰਾ ਕੁਛ ਓਕੇ ਹੈ। ਤੇ ਇੱਕ ਆਪਣਾ ਪਹਿਲਾਂ ਉਹ ਪਾਮ ਖਰਾਬ ਹੋ ਗਿਆ ਸੀਗਾ, ਤੇ ਇੱਕ ਹੁਣ ਇਹ ਵਾਲਾ ਖਰਾਬ ਹੋ ਗਿਆ। ਫਿਰ ਬੜਾ ਹੀ ਮਨ ਖਰਾਬ ਹੁੰਦਾ ਜਦੋਂ ਬੂਟੇ ਇੱਦਾਂ ਖਰਾਬ ਹੁੰਦੇ ਨੇ, ਕਿਉਂਕਿ ਬੜੇ ਔਖੇ ਲੱਗਦੇ ਨੇ ਜੀ, ਇੰਨੀ ਸੌਖੇ ਲੱਗਦੇ ਨਹੀਂ ਹੈਗੇ। ਹੁਣ ਮਾਲੀ ਨੂੰ ਕੁਛ ਵੀ ਨਹੀਂ ਦਿਖਿਆ ਹੈਗਾ ਇੱਥੇ, ਹੁਣ ਆਹ ਟੇਢਾ ਹੋਇਆ ਪਿਆ, ਆਹ ਵਾਲਾ ਬੂਟਾ ਦੇਖੋ ਤੁਸੀਂ, ਇਹ ਬੂਟਾ ਵੀ ਟੇਢਾ ਹੋਇਆ ਪਿਆ। ਫਿਰ ਅਗਲਾ ਕਹਿੰਦਾ ਵੀ ਇੱਥੇ ਕੰਮ ਨਹੀਂ ਹੈਗਾ, ਹੁਣ ਕੰਮ ਕਰਕੇ ਰਾਜੀ ਕੌਣ ਹੈਗਾ ਇੱਥੇ। ਹੁਣ ਐਡਾ ਬੂਟਾ ਸੀ ਉਹ, ਆਹ ਜਿਵੇਂ ਹੈਗਾ ਆਹ ਟਾਹਣੀ ਨੀ ਉਹਨੂੰ ਦਿਖੀ ਹੈਗੀ ਵੀ ਇੱਕ ਸਾਈਡ ਨੂੰ ਆਹ ਹੋਈ ਪਈ ਆ ਵੀ ਮੈਂ ਇਹਨੂੰ ਕੱਟ ਦਿਆਂ ਇੱਥੋਂ। ਕਹੇ ਬਿਨਾਂ ਕੋਈ ਕੰਮ ਨਹੀਂ ਕਰਦਾ ਹੈਗਾ ਲਾ, ਇਹ ਮਾਲੀਆਂ ਦੇ ਕੰਮ ਨੇ ਔਰ ਮਾਲੀਆਂ ਨੂੰ ਆਪ ਕਰਨੇ ਚਾਹੀਦੇ ਨੇ ਬਿਨਾਂ ਕਹੇ। ਕਹਿੰਦੇ ਸਾਡੇ ਇੰਡੀਆ ਚ ਕੰਮ ਨਹੀਂ ਆ, ਕੰਮ ਕਰਦਾ ਕੋਈ ਕੋਈ ਰਾਜੀ ਨਹੀਂ ਆ ਜੀ ਕੰਮ ਕਰਕੇ ਇੱਥੇ। ਅਗਲਾ ਕਹਿੰਦਾ ਕੰਮ ਨਾ ਹੋਵੇ ਸਾਨੂੰ, ਵਿਹਲਿਆਂ ਨੂੰ ਹੀ ਬਸ, ਅਗਲਾ ਦੇਵੇ ਪੈਸੇ। ਆਪ ਵੀ ਸਾਰਾ ਦਿਨ ਤੁਰੇ ਹੀ ਫਿਰਦੇ ਆ, ਮਾਰ ਮਾਰ ਕੇ ਕਮਾਉਂਦੇ ਆ, ਏਡੀ ਸੌਖੀ ਨਹੀਂ ਕਮਾਈ ਹੈਗੀ ਇਹ। ਦੇਖੋ ਬੰਦਾ ਕਿਤੇ ਵੀ ਕਮਾਉਂਦਾ, ਚਾਹੇ ਇੱਥੇ ਕਮਾਉਂਦਾ ਚਾਹੇ ਬਾਹਰ ਕਮਾਉਂਦਾ, ਕਿਤੇ ਵੀ ਸੌਖੀ ਕਮਾਈ ਨਹੀਂ ਹੈ, ਸਾਰੇ ਥਾਂ ਹੀ ਬਹੁਤ ਔਖੀ ਹੈ। ਬਾਹਰ ਤਾਂ ਜੀ ਆਪਣੇ ਇੰਡੀਆ ਨਾਲੋਂ ਵੀ ਜ਼ਿਆਦਾ ਔਖੀ ਕਮਾਈ ਹੈ। ਗੇਟ ਖੁੱਲਾ ਰਹਿ ਗਿਆ, ਆਈ ਮੈਂ ਗੇਟ ਬੰਦ ਕਰਿਆ ਵਾ। ਗੇਟ ਵੀ ਠੀਕ ਕਰਾਉਣ ਵਾਲਾ ਹੈ, ਇੱਕ ਕੰਮ ਹੁੰਦਾ ਤੇ ਦੂਜਾ ਖਰਾਬ ਹੋ ਜਾਂਦਾ। ਕਿਹਦਾ ਸੀ ਲਓ ਜੀ ਚਾਹ ਆਪਣੀ ਬਣ ਕੇ ਰੈਡੀ ਹੈ, ਬਸ ਮਾੜਾ ਜਿਹਾ ਵਾਲਾ ਹੋਰ ਦਵਾ ਦੇਣੀ, ਮੈਂ ਬਹੁਤ ਜ਼ਿਆਦਾ ਵਾਲਾ ਨਹੀਂ ਦਵਾਉਂਦੀ ਕਿਉਂਕਿ ਕਾੜ ਕਾੜ ਕੇ ਜੇ ਨਾ ਚਾਹ ਉਹਦਾ ਜ਼ਿਆਦਾ ਹੀ ਕੰਮ ਖਰਾਬ ਕਰਦੀ ਹੈ, ਐਸਿਡ ਵਗੈਰਾ ਜ਼ਿਆਦਾ ਬਣਦਾ ਫਿਰ। ਬਸ ਮੈਂ ਇੱਕ 2 ਕੱਪ ਵਾਲੇ ਦਵਾਏ ਨੇ, ਕੱਪ ਚ ਪਾ ਲੈਂਦੇ ਹਾਂ ਆਪਾਂ ਚਾਹ। ਚਾਹ ਦਾ ਵੀ ਇੱਕ ਨਸ਼ਾ ਹੀ ਹੁੰਦਾ, ਜਿਹੜੇ ਟਾਈਮ ਪੀਣ ਲੱਗ ਜਾਓ ਤਾਂ ਫਿਰ ਉਸ ਟਾਈਮ ਜੀ ਕਰਦਾ ਹੀ ਹੈ। ਸਵੇਰੇ ਪੀਦੀ ਹੈ ਇੱਕ ਵਾਰੀ ਤੇ ਇੱਕ ਵਾਰੀ ਮੈਂ ਸਵੇਰੇ ਪੀਨੀ ਹਾਂ, 2 ਵਾਰ ਚਾਹ ਪੀਨੀ ਹੈ, ਭਾਵੇਂ ਪੀਵਾਂ ਥੋੜੀ ਜੀ, ਬਸ ਇੱਕ ਨਸ਼ਾ ਜਿਹਾ ਹੁੰਦਾ ਵੀ ਚਾਹ ਪੀਣੀ ਆ। ਲਓ ਜੀ ਇੱਧਰ ਆਪਾਂ ਬਿਸਕਿਟ ਰੱਖੇ ਹੋਏ ਨੇ, ਤੇ ਬਿਸਕਿਟ ਰੱਖੇ ਆ ਜਿਹੜੇ ਬੜੇ ਜ਼ਿਆਦਾ ਟੇਸਟੀ ਆ ਜੀ, ਮੈਂ ਤੁਹਾਨੂੰ ਦਿਖਾਉਣੀ ਆ ਕਿਹੜੇ ਬਿਸਕਿਟ ਨੇ। ਉਹ ਆਹ ਵਾਲੇ ਬਿਸਕਿਟ ਨੇ ਬਿਸਕੋ ਹਨੀ, ਬਹੁਤ ਜ਼ਿਆਦਾ ਟੇਸਟੀ ਆ, ਤੁਸੀਂ ਲਿਆ ਕੇ ਦੇਖਿਓ। ਇਹ ਤਾਂ ਇੱਕ ਵਾਰੀ ਖਾਣ ਲੱਗ ਜਾਓ ਨਾ ਤੇ ਹਟਣ ਨੂੰ ਜੀ ਨਹੀਂ ਕਰਦਾ, ਕਾਫੀ ਜ਼ਿਆਦਾ ਵਧੀਆ ਪ੍ਰੋਡਕਟ ਆ ਇਹ। ਲਓ ਚਲੋ ਜੀ ਆਪਾਂ ਹੁਣ ਚੱਲਦੇ ਆ ਚਾਹ ਲੈ ਕੇ ਬੀਬੀ ਕੋਲੇ। ਲਓ ਜੀ ਚਾਹੇ ਬੀਬੀ ਪਾਠ ਕਰ ਰਹੀ ਹੈ ਤੇ ਨਾਲ ਨਾਲ ਖੁਸ਼ ਹੋ ਰਹੀ ਹੈ। ਹਾਂ ਚੱਲ ਬੀਬੀ ਚਾਹੇ ਪੀ ਲਾ ਹੁਣ। ਬੀਬੀ ਦਾ ਪਾਠ ਤਾਂ ਨਾ ਤੁਸੀਂ ਐ ਨਾ ਕਿਹੋ, ਬੀਬੀ ਪਾਠ ਕਰੀ ਜਾਂਦੀ ਹੈ ਤੇ ਤੁਸੀਂ ਬੀਬੀ ਨੂੰ ਬੁਲਾਈ ਜਾਂਦੇ ਹੋ ਵੀ ਚਾਹ ਪੀ ਲਾ ਚਾਹ ਪੀ ਲਾ। ਬੀਬੀ ਦਾ ਤਾਂ ਪਾਠ ਵੈਸੇ ਹੀ ਸਾਰਾ ਦਿਨ ਆਇਆ ਹੁੰਦਾ ਵੀ ਚੱਲ ਬੀਬੀ ਦਾ ਜਦੋਂ ਵੀ ਜੀ ਕਰਦਾ ਉਦੋਂ ਕਰਨ ਲੱਗ ਜਾਂਦੀ ਆ, ਟੈਬ ਰੱਖਿਆ ਹੋਇਆ ਬੀਬੀ ਨੇ, ਜਦੋਂ ਜੀ ਕਰਦਾ ਉਦੋਂ ਬੀਬੀ ਪਾਠ ਕਰਨ ਲੱਗ ਜਾਂਦੀ ਆ। ਤੇ ਵੈਸੇ ਜਿਹੜਾ ਰੁਟੀਨ ਦਾ ਬੀਬੀ ਦਾ ਸਵੇਰ ਸ਼ਾਮ ਦਾ ਪਾਠ ਹੈਗਾ ਜਾਂ ਉਹ
ਸੁਖਮਨੀ ਸਾਹਿਬ ਦਾ ਉਤਾਰ ਦਾ ਉਹ ਅਲੱਗ ਕਰਦੀ ਹੈ, ਤੇ ਬਾਅਦ ਚ ਵੈਸੇ ਬੈਠੀ ਬੈਠੀ ਦਾ ਜਦੋਂ ਮਨ ਕਰਦਾ ਫਿਰ ਬੀਬੀ ਪਾਠ ਕਰਨ ਲੱਗ ਜਾਂਦੀ ਹੈ। ਇਸ ਲਈ ਤੁਸੀਂ ਐ ਨਾ ਟੋਕਿਓ ਕਿ ਬੀਬੀ ਪਾਠ ਕਰਦੀ, ਤੁਸੀਂ ਬਾਰ ਬਾਰ ਬੁਲਾਈ ਜਾਂਦੇ ਹੋ ਚਾਹ ਪੀ ਲਾ, ਫਿਰ ਬੀਬੀ ਨੂੰ ਐਂ ਤਾਂ ਬੀਬੀ ਫਿਰ ਭੁੱਖੀ ਪਿਆਸੀ ਬੈਠੀ ਰਹੂਗੀ ਜੇ ਅਸੀਂ ਨਾ ਕਿਹਾ ਵੀ ਚਾਹ ਪੀ ਲਾ ਜਾਂ ਰੋਟੀ ਖਾ ਲਾ। ਤੇ ਲਓ ਜੀ ਆਪਾਂ ਪੀਨੇ ਆ ਚਾਹ, ਤੁਸੀਂ ਵੀ ਪੀਓ, ਫਿਰ ਮਿਲਦੇ ਆ ਆਪਾਂ, ਫਿਰ ਚੱਲਦੇ ਆ ਡਾਕਟਰ ਦੇ। ਲਓ ਜੀ ਆਪਾਂ ਆ ਗਏ ਆ ਡਾਕਟਰ ਦੇ, ਦੰਦਾਂ ਵਾਲੇ ਡਾਕਟਰ ਦੇ, ਤੇ ਅੰਦਰ ਚੱਲ ਕੇ ਦੇਖਦੇ ਆ ਅੱਜ ਦੰਦ ਆਪਣੇ ਲੱਗਦੇ ਆ ਕਿ ਨਹੀਂ ਲੱਗਦੇ। ਠੀਕ ਹੈ ਜੀ, ਫਿਰ ਦੱਸਦੀ ਆ ਤੁਹਾਨੂੰ, ਆ ਕੇ ਦਿੰਦੀ ਆ ਅਪਡੇਟ। ਲਓ ਜੀ ਡਾਕਟਰ ਦੇ ਆਪਾਂ ਜਾ ਆਏ ਆ, ਤੇ ਦੰਦਾਂ ਦਾ ਜਿਹੜਾ ਨਾਪ ਹੈ ਉਹ ਨਾਪ ਤਾਂ ਪਹਿਲਾਂ ਲਿਆ ਹੀ ਹੋਇਆ ਸੀਗਾ, ਅੱਜ ਦਾ ਟ੍ਰਾਇਲ ਸੀਗਾ, ਤੇ ਦੰਦ ਆਪਣੇ ਬਣ ਚੁੱਕੇ ਸੀਗੇ, ਉਹਨਾਂ ਨੇ ਟ੍ਰਾਈ ਕਰ ਲਏ, ਤੇ ਜਿੱਥੋਂ ਮਾੜਾ ਮੋਟਾ ਉੱਚਾ ਨੀਵਾਂ ਹੁੰਦਾ ਉਹ ਇੱਕ ਵਾਰੀ ਟ੍ਰਾਈ ਕਰਨਾ ਹੁੰਦਾ, ਸੋ ਉਹ ਹੋ ਚੁੱਕਿਆ ਆਪਣਾ, ਟ੍ਰਾਇਲ ਹੋ ਗਿਆ ਅੱਜ ਬਿਲਕੁਲ ਜਦੋਂ ਓਕੇ ਹੋ ਗਿਆ ਮੇਰੇ ਵੱਲੋਂ, ਤਾਂ ਉਹਨਾਂ ਨੇ ਹੁਣ ਫਾਈਨਲ ਕਰਨੇ ਆ, ਹੁਣ ਉਹਦੇ 'ਤੇ ਪੋਲਿਸ਼ ਵਗੈਰਾ ਹੋਊਗਾ, ਤਾਂ ਉਹ ਕਹਿੰਦੇ ਸੀ ਕਿ ਕੱਲ੍ਹ ਸ਼ਾਮ ਤੱਕ ਜਾਂ ਪਰਸੋਂ ਤੱਕ ਬਣ ਕੇ ਆ ਜਾਣਗੇ, ਅਤੇ ਉਸ ਤੋਂ ਬਾਅਦ ਦੰਦ ਵੈਸੇ ਵਧੀਆ ਬਣੇ ਸੀਗੇ, ਕਿਉਂਕਿ ਮੇਰੇ ਆਪਣੇ ਦੰਦ ਸੀ ਜਿਹੜੇ ਉਹ ਥੋੜ੍ਹਾ ਜਿਹਾ ਅੱਗੇ ਪਿੱਛੇ ਜਿਹਨੂੰ ਹੋਏ ਹੋਏ ਸੀ ਟੇਢੇ ਮੇਢੇ, ਅਤੇ ਹੁਣ ਉਹਨਾਂ ਨੇ ਜਿਹੜੇ ਬਣਾਏ ਨੇ ਬਿਲਕੁਲ ਸਹੀ ਬਣਾਏ ਨੇ, ਬਿਲਕੁਲ ਆਰਕ ਬਣੀ ਹੋਈ ਹੈ ਇਸ ਤਰ੍ਹਾਂ ਜਿੱਦਾਂ ਸਹੀ ਦੰਦ ਹੁੰਦੇ ਨੇ, ਅਤੇ ਬਸ ਜਦੋਂ ਲੱਗ ਜਾਣਗੇ ਫਿਰ ਆਪਾਂ ਤੁਹਾਨੂੰ ਪੂਰਾ ਜਿਹੜਾ ਦੱਸਾਂਗੇ ਕਿ ਕਿਸ ਤਰ੍ਹਾਂ ਟ੍ਰੀਟਮੈਂਟ ਹੋਇਆ ਅਤੇ ਕਿੰਨਾ ਪੈਸਾ ਉਹਦੇ 'ਤੇ ਖਰਚ ਹੋਇਆ। ਠੀਕ ਹੈ ਜੀ, ਅਤੇ ਚਲੋ ਉਹਦੇ 'ਤੇ ਆਪਾਂ ਅਲੱਗ ਹੀ ਵਲੌਗ ਪਾਵਾਂਗੇ, ਅਤੇ ਉਹਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਹੈ ਜਿਹੜੇ ਦੇਵਾਂਗੇ, ਅਤੇ ਡਾਕਟਰ ਬਾਰੇ ਵੀ ਦੱਸਾਂਗੇ ਕਿ ਆਪਾਂ ਕਿੱਥੋਂ ਕਰਵਾਏ ਨੇ। ਠੀਕ ਹੈ ਜੀ, ਚਲੋ ਠੀਕ ਹੈ ਜੀ, ਹੁਣ ਆਪਾਂ ਵਲੌਗ ਦਾ ਐਂਡ ਕਰੀਏ ਇੱਥੇ ਹੀ, ਕਾਫੀ ਹੋ ਗਿਆ, ਸਵੇਰੇ ਤਾਂ ਅੱਜ ਮੂਡ ਆਫ ਹੀ ਸੀਗਾ, ਬੂਟੇ ਨੂੰ ਦੇਖ ਕੇ ਚਲੋ ਉਹ ਲੱਗ ਗਿਆ ਹੁਣ, ਅਤੇ ਦੇਖਦੇ ਹਾਂ ਚੱਲਦਾ ਕਿ ਨਹੀਂ ਚੱਲਦਾ, ਆਪਾਂ ਤਾਂ ਕੋਸ਼ਿਸ਼ ਹੀ ਕਰ ਸਕਦੇ ਹਾਂ ਬਚਾਉਣ ਦੀ, ਹੈ ਨਾ। ਸੋ ਵਲੌਗ ਦਾ ਕਰਦੇ ਹਾਂ ਜੀ ਇੱਥੇ ਹੀ ਐਂਡ, ਅਤੇ ਫਿਰ ਮਿਲਦੇ ਹਾਂ ਸੋਹਣਾ ਜਿਹਾ ਵਲੌਗ ਲੈ ਕੇ, ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।